नाम तो जी? सर मीना जी। हाँ जी मीना जी। मीना कितों रहने वाले जी? सर गुरुसर दे माड़े पिंड पिंड माड़े कलां जी। जिहड़ी कुटमार हुई की वजह सी कुटमार दी? सर मैं फैक्ट्री च लगी हुई सी, परमजीत ने चोरी कीती सी सर, उन्हां दा छोल गवाचा सी, परमजीत ने सर मेरे ते दरखास्त देती जी, ते सर इन्हां दे सहुरे ने भी जाके मेरे ते दरखास्त देती जी। मैं इन्हां नूं कुछ नहीं किया सर, तो मतलब कि सर ये मैनूं गालां कढ़न लग गए जी, इन्हां दा देवर ते घर वाले आके सर मेरे घरे गल पै गए जी। उस तों बाद मैं गुरुसर थाने च गई जी, दरखास्त दे के वापस ही आउंदी पई सी घर नूं जी। कोमलप्रीत ने ते अमरजीत ने जी, ते प्रीतों ने मेरियां बाहवां फड़ियां जी। जिहड़ी कोमलप्रीत सी उन्हें मैनूं लोहे दियां पैपां नाल कुटियां कुटिया जी, ते मैं सरपंचां दे घरे वड़ गई जी, इन्हां ने मैनूं सरपंचां दे घरे भी नहीं मैनूं छड्डिया जी। ते मेरे कोल इक बच्चा सी जी, मैं तो छड़क ते डिग गया जी। किन्नी बेरहमी नाल जिहड़े कुट रहे तुहानूं पिंडां? बहुत ज़्यादा सर मैनूं कुटदे पए सी जी। ਜੋਗਿੰਦਰ ਕੌਰ ਕੁੱਟਮਾਰ ਕੀਤੀ ਪਈ ਆ, ਇਹ ਮੇਰੀ ਕੁੜੀ ਆ। ਕਿੰਨੀ ਕੁ ਬੇਰਹਿਮੀ ਨਾਲ ਕੁੱਟਿਆ? ਬਹੁਤ ਕੁੱਟਿਆ, ਵਿੱਚੇ ਨਹੀਂ ਜਾਂਦੀ। ਹੁਣ ਕੀ ਮੰਗ ਕਰਦੇ ਹੋ? ਸਾਡੇ ਮੰਗ ਇਹ ਹੋਈ ਆ ਵੀ ਜਿਵੇਂ ਮੇਰੀ ਧੀ ਨੂੰ ਕੁੱਟਿਆ, ਉਹਨਾਂ ਬਾਦਸ਼ਾਹ ਉਹਨਾਂ ਕਾਇਥੋਂ ਨਹੀਂ ਜਾਏਗੀ। ਕੀ ਕਹਿਣਾ? ਮੈਂ ਪ੍ਰੇਮ, ਮੇਰਾ ਨਾਂ ਹੈ, ਮੈਂ ਵਾਲਮੀਕ ਸਭਾ ਦਾ ਪ੍ਰਧਾਨ ਹਾਂ। ਠੀਕ ਜੀ, ਮੈਂ ਕਹਿੰਦਾ ਵੀ ਸਾਡੀਆਂ ਕਿਹੜੀਆਂ ਸਟੂਲ ਕਾਸਟਾਂ ਦੀਆਂ ਧੀਆਂ ਭੈਣਾਂ ਨੇ, ਇਹਨਾਂ ਨੂੰ ਘਰੋਂ ਬਾਹਰ ਨਿਕਲਣਾ ਅਤੇ ਸਾਰੀਆਂ ਧੀਆਂ ਭੈਣਾਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਵੀ ਸ਼ਰੇਆਮ ਗੁੰਡਾਗਰਦੀ ਵਧੀ ਪਈ ਹੈ। ਸ਼ਰੇਆਮ ਲੋਕ ਘਰਾਂ 'ਚ ਚੋਰੀਆਂ ਕਰਦੇ, ਮੋਬਾਈਲ ਚੋਰੀਆਂ ਕਰਦੇ ਲੈ ਜਾਂਦੇ ਨੇ, ਥੱਲੇ ਮੋਟਰਸਾਈਕਲ ਚੋਰੀ ਕਰਦੇ ਲੈ ਜਾਂਦੇ, ਨਸ਼ਾ ਬਹੁਤ ਵਧਿਆ ਪਿਆ। ਅਸੀਂ ਕਹਿੰਦੇ ਘੱਟ ਤੋਂ ਘੱਟ ਇਹਨਾਂ ਚਿੱਟੇ ਦੇ ਨਸ਼ਾ 'ਤੇ ਕਾਰਵਾਈ ਕੀਤੀ ਜਾਵੇ, ਗੌਰਮੈਂਟ ਤਾਵਾ ਕਰ ਦਈਏ ਵੀ ਮੈਂ ਚਿੱਟਾ ਬੰਦ ਕਰ। ਸ਼ਰੇਆਮ ਚਿੱਟਾ ਵਿਕੀ ਜਾਂਦਾ, ਸ਼ਰੇਆਮ ਬੁੜੀਆਂ ਪੀਦੇ, ਵੇਖ ਲਓ ਤੁਹਾਡੇ ਸਾਹਮਣੇ ਵੀਡੀਓ ਵੇਖ ਲਓ ਵੀ ਕੁੜੀ ਸ਼ਰੇਆਮ ਬਾਹਰ ਸੜਕ 'ਤੇ ਕੁੱਟਿਆ ਗਿਆ, ਪੁਲਿਸ ਨੇ ਇਹਨਾਂ ਦੀ ਕੋਈ ਕਾਰਵਾਈ ਨਹੀਂ ਕੀਤੀ। ਕੀ ਪੁਲਿਸ ਦੇ ਤੁਸੀਂ ਸਵਾਲੀਆ ਨਿਸ਼ਾਨ ਕੀ ਕਹਿਣਾ ਚਾਹੁੰਦੇ? ਪੁਲਿਸ ਕਿੰਨੀ ਕੁ ਕਾਰਗੁਜ਼ਾਰੀ ਢਿੱਲੀ ਹੈ? ਬੜੀ ਕਾਰਵਾਈ ਢਿੱਲੀ ਵਿਚਾਰੀ ਕੁੜੀ ਨੇ, ਵੇਖੋ ਵੀ ਕੁੜੀ ਵਿਚਾਰੀ ਦਰਖਾਸਤ ਦੇਤੀ ਆਈ, ਫਿਰ ਪੁਲਿਸ ਨੇ ਉਹਨਾਂ ਨੂੰ ਉਹਨਾਂ ਦੇ ਕੋਈ ਨਹੀਂ ਕਿਸੇ ਬੰਦਾ ਅਰੈਸਟ ਕੀਤਾ। ਆਉਂਦੀ ਵਾਰ ਕਿਤੇ ਵਿਚਾਰੀ ਗਰੀਬਣੀ ਇਹ ਆਪਣੇ ਵਾਲਮੀਕ ਸਮਾਜ ਦੀ ਕੁੜੀ ਹੈ, ਇਹਨੂੰ ਕਿਤੋਂ ਆਉਂਦੇ ਰਸਤੇ ਵਿੱਚ ਉਹਨਾਂ ਨੇ ਕੁੱਟਿਆ ਮਾਰਿਆ, ਸਰਪੰਚ ਦੀ ਮਾਂ ਨੇ ਇਹਨਾਂ ਛੜਾਇਆ। Subscribe to our YouTube channel News DNN by clicking the bell icon. Don't forget to like, comment and share.